हाँ जी, स्वागत है जी थोड़ा पंजाब पंजाबी चैनल दे ते असी कर रहे सी काव्य साहित्य। फर्स्ट प्रश्न है, पत्थर ते नक्श हाँ मैं, मिट्टी ते ता नहीं हाँ, जिन्ना किसे मिटाया हुंदा गया डुंगेरा। 17 हैं डॉक्टर हरिभजन सिंह दिया, स स मीसा, सुरजीत पात्र, डॉक्टर जगतार। तहन डॉक्टर जगतार दिया। प्रतिबद्धता कविता दा लेखक है। डॉक्टर जगतार संत रामदासी पास लाल सिंह दिल तय है। पास की कविता है। देश है प्यारा सानू, जिंदगी प्यारी नालो, देश तो प्यारे एदे लोग हानियां। 17 हैं मोहन सिंह, प्यारा सिंह सहराई, प्रोफेसर पूरन सिंह, संत राम उदासी। तय 17 हैं संत राम उदासी दियां। अगे है, जे आई पत चढ़ता फिर की है, तू अगली रुत च यकीन रखी। 17 हैं सुरजीत पात्र, डॉक्टर जगतार पास, एस एस मीसा। जे आई पत चढ़ता फिर की है, तू अगली रुत च यकीन रखी। तह 17 हैं सुरजीत पात्र दिया। खत्तां दी उड़ीक कविता दा सिरजक है। अमिता प्रीतम, मोहन सिंह, सुरजीत पात्र पास। खत्तां दी उड़ीक सुरजीत पात्र। पुरखियां नालों गल्लां करो कविता दा सिरजक है। अम्बिरस आसी देवनीत जसवंत दीद। तय कविता है जसवंत दीद दी। अगे है, दिल करता है शाल कोई पुट्ठी मारा, टप जावा ए छोटे पांदियां, निक्कियां निक्कियां पीड़ा। रहु रीतां दे रस्से। 17 हैं मोहन सिंह, प्रोफेसर पूरन सिंह, गुरप्रीत, जसवंत दीद। तह कविता है जसवंत दीद दी। मैं चुरस्ते दीवा जगा दिता है, दीवे दा करम है रोशनी देना, राह दसना नहीं। कविता है अजमेर रोडी सुखपाल नवतेज भारती, सुरजीत पात्र। ता है नवतेज भारती की कविता। बड़ी ही नरम पत्ती हाँ, तूफाना की सताई हाँ, मैं टुट के शाख अपनी तो तेरे कदमा विच आई हाँ। शेर है सुरजीत पात्र, विजय विवेक, सुखविंदर अमृत, मनजीत इंद्रा। तो इसका आंसर है सुखविंदर अमृत। सुन सरा सन्नाटा आसे पासे तो डर लगता है, खामोशी दे आलम विच एक हासे तो डर लगता है। 17 हैं विजय विवेक, जसविंदर, सुरजीत पात्र, डॉक्टर जगतार। ता आंसर है जसविंदर। मेरे अंदर जो सी कविता विच पा दिता, करुणा त्रेह वराग दे सुपने। 17 हैं नवतेज भारती, सुखविंदर कंबोज, सुखपाल, जसवंत जफर। ता कविता है
ਸਤਰਾਂ ਹਨ ਸੁਖਪਾਲ ਦੀਆਂ। ਸੁਖਪਾਲ ਵੀਰ ਹਸਤਰ ਕਿਸ ਧਾਰਾ ਦਾ ਕਵੀ ਸੀ? ਪ੍ਰਗਤੀਵਾਦੀ, ਜੁਝਾਰਵਾਦੀ, ਪ੍ਰਯੋਗਵਾਦੀ, ਰੋਮਾਂਸਵਾਦੀ? ਤਾਂ ਇਹ ਸੀ ਪ੍ਰਯੋਗਵਾਦੀ ਕਵੀ। ਰੁਬਾਈ ਦਾ ਅਰਥ ਹੈ ਰੱਬਾ, ਕੇਵਲ ਚਾਰ ਪੰਜ ਅੰਤ। ਤਾਂ ਰੁਬਾਈ ਦਾ ਅਰਥ ਹੈ ਕੇਵਲ ਚਾਰ। ਗਜ਼ਲ ਦੇ ਪਹਿਲੇ ਸ਼ੇਰ ਨੂੰ ਕਿਹਾ ਜਾਂਦਾ ਹੈ ਮਕਤਾ, ਮਤਲਾ, ਈਸ਼ਾਨੀ, ਮਤਲਾ, ਰ, ਦੀਵ। ਤਾਂ ਗਜ਼ਲ ਦੇ ਪਹਿਲੇ ਸ਼ੇਰ ਨੂੰ ਕਿਹਾ ਜਾਂਦਾ ਹੈ ਮਤਲਾ। ਪਾਸ ਕਿਸ ਧਾਰਾ ਦਾ ਕਵੀ ਸੀ? ਰੋਮਾਂਸਵਾਦੀ, ਪ੍ਰਯੋਗਵਾਦੀ, ਪ੍ਰਗਤੀਵਾਦੀ, ਜੁਝਾਰਵਾਦੀ? ਤਾਂ ਪਾਸ ਜੁਝਾਰਵਾਦੀ ਕਵੀ ਸੀ। ਕੱਤਕ ਕੁੰਜਾ ਕਾਵਿ ਸੰਗ੍ਰਹਿ ਕਿਸ ਕਵੀ ਦਾ ਹੈ? ਕੱਤਕ ਕੁੰਜਾ ਜਸਵੰਤ ਸਿੰਘ ਨੇ ਕੀ, ਭਾਈ ਵੀਰ ਸਿੰਘ, ਪਰਮਜੀਤ ਸੋਹਲ, ਪ੍ਰੀਤਮ ਸਿੰਘ ਸਫੀਰ? ਤਾਂ ਕੱਤਕ ਕੁੰਜਾ ਹੈ ਪ੍ਰੀਤਮ ਸਿੰਘ ਸਫੀਰ ਦੀਆਂ। ਤਿਲਗਾਨੇ ਦੀ ਵਾਰ ਰਚਨਾ ਕਿਸ ਦੀ ਹੈ? ਹਰਜੀਤ ਅਟਵਾਲ, ਚਰਨ ਸਿੰਘ, ਪਿਆਰਾ ਸਿੰਘ ਸਹਿਰਾਈ, ਤਖ਼ਤ ਸਿੰਘ? ਤਾਂ ਤਿਲਗਾਨੇ ਦੀ ਵਾਰ ਹੈ ਪਿਆਰਾ ਸਿੰਘ ਸਹਿਰਾਈ ਦੀ। ਦੋਹਰੇ ਵਿੱਚ ਕਿੰਨੀਆਂ ਮਾਤਰਾਵਾਂ ਹੁੰਦੀਆਂ ਹਨ? ਤੀਹ, ਇਕੱਤੀ, ਬੱਤੀ, ਚੌਵੀ? ਤਾਂ ਦੋਹਰੇ ਵਿੱਚ ਚੌਵੀ ਮਾਤਰਾ ਹੁੰਦੀਆਂ ਹਨ। ਦਵਈਆ ਛੰਦ ਦੀਆਂ ਮਾਤਰਾ ਹੁੰਦੀਆਂ ਹਨ ਅਠਾਈ, ਤੀਹ, ਇਕੱਤੀ, ਚੌਵੀ? ਅਤੇ ਦਵਈਆ ਛੰਦ ਦੀਆਂ ਮਾਤਰਾਵਾਂ ਹੁੰਦੀਆਂ ਹਨ ਅਠਾਈ। ਬੈਤ ਕੀ ਹੈ? ਸੋਟੀ ਹੈ, ਕਾਵਿ ਰੂਪ ਹੈ, ਪ੍ਰਗੀਤ ਹੈ, ਛੰਦ ਹੈ? ਤਾਂ ਬੈਤ ਇੱਕ ਛੰਦ ਹੈ। ਭਾਈ ਵੀਰ ਸਿੰਘ ਦੀ ਕਵਿਤਾ ਕਿਸ ਕਾਵਿ ਰੂਪ ਅਧੀਨ ਹੈ ਆਉਂਦੀ ਹੈ? ਗਜ਼ਲ, ਸੰਬੋਧਨ ਗੀਤ, ਖੁੱਲ੍ਹੀ ਕਵਿਤਾ, ਪ੍ਰਗੀਤ? ਤਾਂ ਭਾਈ ਵੀਰ ਸਿੰਘ ਦੀ ਕਵਿਤਾ ਪ੍ਰਗੀਤ ਕਾਵਿ ਰੂਪ ਵਿੱਚ ਆਉਂਦੀ ਹੈ। ਅਰਬੀ ਭਾਸ਼ਾ ਦੇ ਸ਼ਬਦ ਨਜ਼ਮ ਦਾ ਅਰਥ ਹੈ ਕਵਿਤਾ ਰਚਨੀ, ਮੋਤੀਆਂ ਨੂੰ ਧਾਗੇ ਵਿੱਚ ਪਰੋਣਾ, ਸਿਰ ਗੁੰਦਣਾ, ਕਸੀਦਾ ਕੱਢਣਾ। ਤਾਂ ਅਰਬੀ ਭਾਸ਼ਾ ਦੇ ਸ਼ਬਦ ਨਜ਼ਮ ਦਾ ਅਰਥ ਹੈ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ। ਡਾਕਟਰ ਹਰਭਜਨ ਸਿੰਘ ਕਿਸ ਕਾਵਧਾਰਾ ਨਾਲ ਸੰਬੰਧਿਤ ਹੈ? ਪ੍ਰਗਤੀਵਾਦੀ, ਪ੍ਰਯੋਗਵਾਦੀ, ਸੂਝਵਾਦੀ, ਜੁਝਾਰਵਾਦੀ? ਤਾਂ ਡਾਕਟਰ ਹਰਭਜਨ ਸਿੰਘ ਸੂਝਵਾਦੀ ਕਾਵਧਾਰਾ ਦੇ ਨਾਲ ਸੰਬੰਧਿਤ ਹੈ। ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਇਹਨਾਂ ਵਿੱਚੋਂ ਕੀ ਵਧੇਰੇ ਹੈ? ਅਧਿਆਤਮਵਾਦ, ਬਦਲਦੇ ਅਨੁਭਵ, ਰਹੱਸਵਾਦ, ਯਥਾਰਥਵਾਦ? ਤਾਂ ਹੈ ਯਥਾਰਥਵਾਦ। ਜਗਤਾਰ ਹੈ ਨਾਵਲਕਾਰ, ਕਵੀ, ਨਾਟਕਕਾਰ, ਨਿਰਦੇਸ਼ਕ? ਤਾਂ ਜਗਤਾਰ ਇੱਕ ਕਵੀ ਹੈ। ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦਾ ਆਰੰਭ ਕਿਸਨੇ ਕੀਤਾ? ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਧਨੀ ਰਾਮ ਚਾਤਰੀ? ਤਾਂ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦਾ ਆਰੰਭ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ। ਰੁਬਾਈ ਦੇ ਕੁੱਲ ਕਿੰਨੇ ਚਰਨ ਹੁੰਦੇ ਹਨ? ਤਿੰਨ, ਛੇ, ਚਾਰ, ਦੋ? ਰੁਬਾਈ ਦੇ ਚਾਰ ਚਰਨ ਹੁੰਦੇ ਹਨ। ਗਜ਼ਲ ਦੀਆਂ ਪਹਿਲੀਆਂ ਦੋ ਤੁਕਾਂ ਨੂੰ ਕਿਹਾ ਜਾਂਦਾ ਹੈ ਹੁਸਨ ਏ ਮਤਲਾ, ਕਾਫੀਆਂ, ਮਿਸਰਾ, ਮਤਲਾ? ਤਾਂ ਗਜ਼ਲ ਦੀਆਂ ਪਹਿਲੀਆਂ ਦੋ ਤੁਕਾਂ ਨੂੰ ਕਿਹਾ ਜਾਂਦਾ ਹੈ ਮਤਲਾ। ਸੁਨੇੜੇ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹੈ? ਅੰਮ੍ਰਿਤਾ ਪ੍ਰੀਤਮ, ਹਰਭਜਨ ਸਿੰਘ, ਜਸਵੰਤ ਸਿੰਘ ਨੇਕੀ, ਐਸ ਐਸ ਮੀਸਾ?
ਤਸੁਨੇੜੇ ਕਾਵਿ ਸੰਗ੍ਰਹਿ ਹੈ ਅੰਮ੍ਰਿਤਾ ਪ੍ਰੀਤਮ ਦੀ। ਕਵਿਤਾ ਦੇ ਮੁੱਖ ਰਸ ਕਿੰਨੇ ਹਨ? 4, 5, 9, 10 ਤਾਂ ਕਵਿਤਾ ਦੇ ਮੁੱਖ ਰਸ ਕਿੰਨੇ ਹਨ? 9। ਜਵਾਨ ਪੰਜਾਬ ਦੇ ਕਵਿਤਾ ਦਾ ਲੇਖਕ ਹੈ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਸਰਦਾਰ ਸੁਰਜੀਤ ਪਾਤਰ। ਤਾਂ ਜਵਾਨ ਪੰਜਾਬ ਦੇ ਕਵਿਤਾ ਪ੍ਰੋਫੈਸਰ ਪੂਰਨ ਸਿੰਘ। ਭਾਈ ਵੀਰ ਸਿੰਘ ਕੰਬਦੀ ਕਲਾਈ ਕਵਿਤਾ ਵਿੱਚ ਕਿਸ ਪ੍ਰਕਾਰ ਦਾ ਅਨੁਭਵ ਪੇਸ਼ ਕਰਦਾ ਹੈ? ਰਹੱਸਵਾਦੀ, ਅਸਤਿਤਵਵਾਦੀ, ਰੋਮਾਂਸਵਾਦੀ, ਪ੍ਰਗਤੀਵਾਦੀ? ਤਾਂ ਇਹ ਕਰਦਾ ਹੈ ਰਹੱਸਵਾਦੀ। ਗੁਰ ਸ਼ਬਦ ਰਚਨਾ ਕਰ ਮਹਾਨ ਕੋਸ਼ ਦਾ ਕਰਤਾ ਹੈ ਵਣਜਾਰਾ ਬੇਦੀ, ਗਿਆਨੀ ਲਾਲ ਸਿੰਘ, ਗੁਰਦੇਵ ਸਿੰਘ, ਕਾਨ ਸਿੰਘ ਨਾਭਾ। ਤਾਂ ਹੈ ਕਾਨ ਸਿੰਘ ਨਾਭਾ। ਗੁਰੂ ਪ੍ਰਤਾਪ ਸੂਰ ਗ੍ਰੰਥ ਦਾ ਕਰਤਾ ਹੈ ਭਾਈ ਸੰਤੋਖ ਸਿੰਘ, ਭਾਈ ਗੁਰਦਾਸ ਜੀ, ਭਾਈ ਵੀਰ ਜੀ, ਗੁਰੂ ਗੋਬਿੰਦ ਸਿੰਘ ਜੀ। ਤਾਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਹੈ ਭਾਈ ਸੰਤੋਖ ਸਿੰਘ। ਹਾਂਜੀ, ਤਾਂ ਇਸ ਅੱਜ ਦੇ ਵੀਡੀਓ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਸਨ ਕਾਵਿ ਸਾਹਿਤ ਦੇ। ਵੀਡੀਓ ਚੰਗੀ ਲੱਗੀ ਤਾਂ ਇਸਨੂੰ ਲਾਈਕ ਕਰਨਾ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਕਮੈਂਟ ਕਰਨਾ। ਧੰਨਵਾਦ।